ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਨਾਲ ਖੜਾ ਆਪਣਾ ਭਰਾ ਕਬੱਡੀ ਦਾ ਵੱਡਾ ਜਾਫੀ ਨਾਨਕ ਮੁੰਡੀ ਜਿਹੜੀਆਂ ਵਾਲਾ ਸਾਰੇ ਜਾਣਦੇ ਆ ਕੈਨੇਡਾ ਕੱਪ ਦਾ ਵੀ ਬੈਸਟ ਰਿਹਾ ਆਪਣੇ ਟਾਈਮ ਦਾ ਧਰਾਂਤਰ ਜਾਫੀ ਜਿਹਨੂੰ ਦੁਨੀਆ ਜਾਣਦੀ ਉਹਦੇ ਪਿੰਡ ਖੜੇ ਆਪਾਂ ਮੁੰਡੀ ਖਹਿਰੀਆਂ ਜਿਹੜਾ ਮੀਡੀਆ ਦੇ ਵਿੱਚ ਅਕਸਰ ਆਉਂਦਾ ਵੀ ਮਢਾਲੇ ਵਾਲਾ ਬੰਨ ਟੁੱਟ ਗਿਆ ਜਾਂ ਗਿੱਦੜ ਪਿੰਡੀ ਵਾਲਾ ਬੰਨ ਟੁੱਟ ਗਿਆ ਇਹ ਉਸੇ ਏਰੀਏ ਦੇ ਵਿੱਚ ਇਹਨਾਂ ਦਾ ਪਿੰਡ ਮੁੰਡੀ ਸ਼ਹਿਰੀਆਂ ਪਹਿਲਾਂ ਤੇ ਮੇਨ ਜਿਹੜਾ ਇਹਨਾਂ ਦੀ ਜ਼ਮੀਨ ਦੇ ਵਿੱਚ ਬੰਨ ਟੁੱਟਾ ਸਾਡੀ ਜ਼ਮੀਨ ਆ ਜੀ ਮੁੰਡੀ ਸ਼ਹਿਰੀਆਂ ਦੀ ਉਹ ਕੋਈ ਕਹਿ ਦਿੰਦਾ ਮਢਾਲੇ ਟੁੱਟਾ ਕੋਈ ਗਿੱਦੜ ਪਿੰਡੀ ਕਹਿ ਦਿੰਦਾ ਸਾਡੀ ਜ਼ਮੀਨ ਤੇ ਸਾਡਾ ਹੀ ਪਿੰਡ ਤਬਾਹ ਹੋਇਆ ਮਤਲਬ ਸਾਰੇ ਹਲਕੇ ਤੇ ਪ੍ਰਭਾਵ ਪਿਆ ਇਸ ਗੱਲ ਦਾ ਉਹਨਾਂ ਪਿੰਡਾਂ ਬਾਕੀਆਂ ਤੇ ਪਿਆ ਪਰ ਇਸ ਪਿੰਡ ਦੇ ਵਿੱਚੋਂ ਮੇਨ ਜਿਹੜਾ ਇਹਨਾਂ ਦੀ ਜ਼ਮੀਨ ਦੇ ਵਿੱਚੋਂ ਬੰਨ ਟੁੱਟਾ ਇਹਨਾਂ ਦੇ ਦੱਸਣ ਮੁਤਾਬਕ ਵੀ 200 ਫੁੱਟ ਡੂੰਘਾ 300 ਫੁੱਟ ਆ ਜੀ ਹਾਂ ਤਾਂ ਜ਼ਮੀਨ ਨਿਕਲ ਗਈ ਨਿਕਲੀ ਹੋਈ ਆ 50 ਕਿੱਲਿਆਂ ਦੀ ਬਾੜ ਟੁੱਟਾ ਟੁੱਟ ਗਿਆ ਜੀ ਉਹ ਜਦੋਂ ਪਹਿਲਾਂ ਪਾਣੀ ਟੁੱਟਾ 9-9 ਫੁੱਟ ਤੱਕ ਇਸ ਪਿੰਡ ਵਿੱਚ ਪਾਣੀ ਚੜ ਗਿਆ ਆ ਜਿਹੜਾ ਟ੍ਰਾਂਸਫਾਰਮਰ ਹੈ ਇਹਦੇ ਬਿਲਕੁਲ ਨਾਲ ਜਾ ਕੇ ਪਾਣੀ ਲੱਗ ਗਿਆ ਜਿੱਦਾਂ ਸਾਰੇ ਮੇਰੇ ਵੀਰ ਇਹਨਾਂ ਨੂੰ ਲੰਬੇ ਸਮੇਂ ਤੱਕ ਜਿਹੜੀ ਆ ਇਹਦੀ ਜ਼ਰੂਰਤ ਪੈਣੀ ਆ ਚਾਹੇ ਉਹ ਪੱਠਾ ਆ ਚਾਹੇ ਰਾਸ਼ਨ ਆ ਜਾਂ ਤਾਂ ਉਹਨੂੰ ਕੈਂਪਾਂ ਵਿੱਚ ਆਪਾਂ ਦੇ ਕੇ ਜਾਈਏ ਜਿੱਥੋਂ ਵੀ ਸੇਵਾ ਹੋ ਰਹੀ ਹੈ ਜਾਂ ਫਿਰ ਉਹਨੂੰ ਇੱਦਾਂ ਦੇ ਕੋਈ ਬੰਦਿਆਂ ਦੇ ਇਲਾਕੇ ਦੇ ਵਿੱਚ ਲੈ ਕੇ ਕੋਈ ਸੈਂਟਰ ਇਹਨਾਂ ਦਾ ਆਪਣਾ ਨੰਬਰ ਆਪਾਂ ਨਾਨਕ ਭਾਈ ਦਾ ਦਿੰਦੇ ਹਾਂ ਤੇ ਉੱਥੇ ਇਹਨਾਂ ਕੋਲ ਮੁਹੱਈਆ ਕਰਵਾਇਆ ਜਾਵੇ ਜੇਕਰ ਲੰਬੇ ਸਮੇਂ ਤੱਕ ਇਲਾਕੇ ਸਾਰੇ ਵਿੱਚ ਵਰਤਿਆ ਜਾ ਸਕੇ ਇਸ ਪਿੰਡ ਦੀ ਗੱਲ ਆਪਾਂ ਤਾਂ ਕਰ ਰਹੇ ਕਿਉਂਕਿ ਨਾਨਕ ਇੱਥੋਂ ਦਾ ਖਿਡਾਰੀ ਹੋਇਆ ਖਿਡਾਰੀ ਹੋਣ ਦੇ ਨਾਤੇ ਇੱਕ ਦੁਨੀਆ ਵਿੱਚ ਪਛਾਣ ਹੁੰਦੀ ਹੈ ਬੰਦੇ ਦੀ ਸੋ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਜਿਹੜੇ ਇੱਥੇ ਜ਼ਮੀਨਾਂ ਵਾਲੇ ਵੀ ਆ ਉਮੀਦ ਨੇ ਵੀ ਇੱਕ ਸਾਲ ਇੱਥੇ ਫਸਲ ਹੋਣੀ ਆ ਤੇ ਤੁਸੀਂ ਵੀ ਜਿਹੜੇ ਇੱਥੇ ਲੋਕ ਇੰਨੀ ਸੇਵਾ ਕਰ ਰਹੇ ਆ ਇਹਨਾਂ ਦੇ ਠੇਕੇ ਜਿਹੜੇ ਇਸ ਸਾਲ ਲਈ ਤੁਸੀਂ ਵੀ ਜੇ ਛੱਡੋਗੇ ਤਾਂ ਉਹ ਵੀ ਇੱਕ ਬਹੁਤ ਭਲੇ ਵਾਲਾ ਕਾਰਜ ਆ ਨਾਨੂ ਬਾਈ ਨੰਬਰ ਬੋਲਦੇ ਆਪਣੇ ਮੇਰਾ ਕੰਟੈਕਟ ਨੰਬਰ ਹੈਗਾ ਜੀ 82880 85 ਜਿਹੜੇ ਵੀ ਮੇਰੇ ਵੀਰ ਮਾਤਕਾ ਨੇ ਚਾਹੁੰਦੇ ਨੰਬਰ ਨਾਨਕ ਨੇ ਆਪਣਾ ਬੋਲ ਦਿੱਤਾ ਤੁਸੀਂ ਉਹਨਾਂ ਸਿੱਧਾ ਸੰਪਰਕ ਕਰ ਸਕਦੇ ਆ ਤੇ ਇਹ ਇਕੱਲੇ ਏਦਾਂ ਨੀ ਇਹਨੇ ਆਪਣੇ ਪਿੰਡ ਵਾਸਤੇ ਕਰਨਾ ਇਹ ਪੂਰੇ ਇਲਾਕੇ ਦਾ ਹੀ ਮਤਲਬ ਜਿੰਨੀ ਹੋ ਸਕੀ ਜਿੰਨੇ ਆਪਣੇ 3-4 ਪਿੰਡ ਜ਼ਿਆਦਾ ਡੁੱਬੇ ਆ ਨੇ ਜੀ ਆਪਾਂ ਸਾਰਿਆਂ ਦੇ ਹੈਲਪ ਕਰਨੀ ਆ ਰਲ ਕੇ ਜਿੰਨੇ ਵੀ ਹੋ ਸਕਦਾ ਇਹ ਨਹੀਂ ਆ ਕਿ ਮੇਰੇ ਪਿੰਡ ਦੇ ਆ ਸਾਰਿਆਂ ਦੀ ਕਰਨਾ ਚਾਹੁੰਦਾ ਜੇ ਕੋਈ ਹਾਲਾਤ ਦੇਖ ਕੇ ਕਰਨੀ ਚਾਹੁੰਦਾ ਉਹ ਵੀ ਨਾਨਕ ਦੇ ਨੰਬਰ ਤੇ ਕੰਟੈਕਟ ਕਰਕੇ ਇਹਨੂੰ ਮਿਲਵੇ ਤਾਂ ਸਾਰਾ ਏਰੀਆ ਦਿਖਾ ਦੂੰਗਾ ਬਿਲਕੁਲ ਵੀ ਆਪ ਖੁਦ ਨਾਲ ਆ ਕੇ ਕੋਈ ਵੀ ਨਾਲ ਜਾਂ ਬੰਦਾ ਕੋਈ ਵੀ ਹੋਵੇ ਆ ਸਕਦਾ ਨਾਲ ਆਪਣਾ ਕੋਈ ਸ਼ੱਕ ਹੋਵੇ ਕਿ ਇਹ ਗੱਲ ਦਾ ਵੀ ਕੱਢ ਸਕਦਾ ਜੀ ਸੋ ਆਪਾਂ ਇਹ ਨਹੀਂ ਵੀ ਸੇਵਾ ਬੰਦ ਨਹੀਂ ਹੋਣੀ ਹੈਗੀ ਸੇਵਾ ਲੰਬੀ ਚੱਲਣੀ ਹੈ ਕੋਈ ਚੌਕਰ ਚੱਕਰ ਵਗੈਰਾ ਮਿਲ ਜਾਏ ਜਿਸ ਕਿਸੇ ਨੇ ਜਿਸ ਕਿਸੇ ਚੀਜ਼ ਦੀ ਵੀ ਸੇਵਾ ਕਰਨੀ ਹੈ ਚਾਹੇ ਚਾਰ ਹੋਵੇ ਚਾਹੇ ਚੌਕਰ ਹੋਵੇ ਚਾਹੇ ਖਾਦ ਹੋਵੇ ਕੱਲ ਨੂੰ ਮਸ਼ੀਨਰੀਆਂ ਦੀ ਵੀ ਇੱਥੇ ਲੋੜ ਪੈਣੀ ਜ਼ਮੀਨਾਂ ਇੱਕੋ ਜਿਹੀਆਂ ਕਰਨ ਨੂੰ ਕੋਈ ਧਰਤੀ ਆ ਥੱਲਿਓ ਨਿਕਲੀ ਆ ਤੇ ਲੈਵਲ ਬਹੁਤ ਔਖਾ ਹੋਣਾ ਸੋ ਸਾਰਿਆਂ ਨੂੰ ਬੇਨਤੀ ਆ ਆਪਾਂ ਸੇਵਾ ਇੱਦਾਂ ਹੀ ਜਾਰੀ ਰੱਖੀਏ ਤੇ ਆਪਣੇ ਭਰਾ ਦਾ ਇਹਦੇ ਇਲਾਕੇ ਦਾ ਸਾਥ ਦਈਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ